ਮੈਂ ਵੀ ਦੁਨੀਆਂ ਦੇ ਪੰਜਾਬੀ ਜਿਹੜੇ ਹੁਣ ਆਪਾਂ ਨਿਗਾਹ ਮਾਰਨੇ ਆ ਉਹ ਸੁਪਰ ਸਟਾਰ ਆਏ ਆ ਇਹ ਲੰਮੀ ਘੋੜੀਆਂ ਦੇ ਰੇਸ ਵਿੱਚ ਗਿਰੇ ਜਾਂਦੇ ਆ ਪਹਿਲੀ ਪਰ ਕਦੇ ਸਾਡੀ ਜਵਾਨਾਂ ਆਵਾ ਪਹਿਲੀ ਸਾਡੀ ਦੁਨੀਆਂ ਦਾ ਸੁਪਰ ਸਟਾਰ ਪੰਜਾਬੀ ਸਾਡੇ ਸੁਰਜੀਤ ਭਾਜੀ ਦਾ ਬ੍ਰਦਰ ਹੈ ਮੈਂ ਵੀ ਸੁਰਖਪੁਰੀਆ ਆ ਗਿਆ ਤੁਸੀਂ ਸਦੇ ਸਾਡੀ ਕਰ ਜਾਂਦਾ ਇਹ ਆ ਓਲਾ ਸੁਰਖਪੁਰ ਦਾ ਸੁਪਰ ਸਟਾਰ ਬੜਾ ਵਧੀਆ ਮਾਂ ਫਿਰ ਕਬੱਡੀ ਦਾ ਸੁਪਰ ਸਟਾਰ ਹੈ ਮੈਂ ਵੀ ਗੋਲਡੀ ਤੁਸੀਂ ਸਦੇ ਸਾਡੀ ਕਰ ਜਵਾਨਾ ਇਹ ਆ ਮਾਝੇ ਸੁਪਰ ਸਟਾਰ ਇੱਥੇ ਖੇਡੂਗਾ ਅੱਜ ਤੁਹਾਨੂੰ ਪ੍ਰਦਰਸ਼ਨ ਕਰਕੇ ਦਿਖਾਊਗਾ ਯਾਨੀ ਨਿਸ਼ਾਨ ਮਾਝੇ ਰੰਗ ਵਾਲਾ ਸਦੇ ਸਾਡੀ ਕਰ ਜਵਾਨਾ ਹਾਂ ਮਾਝੇ ਦਾ ਸੁਪਰ ਸਟਾਰ ਸਾਰੇ ਆ ਪੰਜਾਬੀ ਜੀ ਅਮਨ ਦੀ ਭਾਜੀ ਟੀਮ ਆ ਗਈ ਹੈ ਲੱਖ ਲੱਖ ਸ਼ੁਕਰ ਮਨਾਉਂਦੇ ਨੇ ਬਾਬੇ
ਨਿਸ਼ਾਨ ਮਾਝੇ ਦਾ ਬਜਾਰ ਉਹ ਪੱਲੇ ਨਿਸ਼ਾਨ ਸਿੰਘ ਆ ਗਿਆ ਜਵਾਨਾ ਨੰਬਰ ਨੰਬਰ ਮਾਝੇ ਦਾ ਹੋ ਗਿਆ ਪੰਜਾਬੀ ਵੀਰੋ ਨੰਬਰ ਨਿਸ਼ਾਨ ਦਾ ਹੋ ਗਿਆ ਆਹ ਮੁੰਡਾ ਬੜੀ ਦੂਰੋਂ ਆਇਆ ਪੰਜਾਬੀ ਵੀਰੋ ਦੱਸ ਤੇ ਵੀ ਕਿਰਾਇਆ ਲੱਗਦਾ ਕਿੱਥੋਂ ਮੁੰਡਾ ਆਇਆ ਮੈਚ ਖੇਡਣ ਆਇਆ ਮੈਂ ਵੀ ਸਾਥੀ ਦੇ ਬਾਰਡਰ ਤੋਂ ਮੁੰਡਾ ਆਇਆ ਚੱਲ ਵੀ ਜਵਾਨਾ ਹੁਣ ਮੁੱਲ ਪੈਣ ਸ਼੍ਰੀ ਰਾਮ ਜਿਹੜਾ ਲੜਦਾ ਮੇਰ ਤਾਂ ਉੱਠ ਕੇ ਤੇ ਧੰਨ ਜੋਰ ਜਵਾਨੀ ਦਾ ਤੇ ਮੇਲਾ ਲੈ ਜਾਂਦੇ ਨੇ ਲੁੱਟ ਕੇ ਇਹ ਅੜੀਆਂ ਘੋੜੇ ਨੇ ਕਰ ਜਾਂਦੇ ਨੇ ਮਨਮਾਨੀ ਉਹ ਰਾਜਾ ਕਹਿੰਦਾ ਹੱਥ ਵਿੱਚ ਲੁੱਟੀਆਂ ਪਾਉਂਦੀ ਸੀਗੇ ਜਵਾਨੀ ਤੇ ਲੁੱਟੀਆਂ ਪਾਉਂਦੀ ਸੀਗੇ ਜਵਾਨੀ ਫੋਟੋਗ੍ਰਾਫਰ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਉਹ ਸਟੇਜ ਤੇ ਆਉਣ ਦੀ ਕਿਰਪਾਲਤਾ ਕਰੇ ਮੇਰਾ ਵੀਰ ਆਹ ਮੁੰਡਾ ਹਰਿਆਏ ਆਪਣੇ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ ਕਹਿੰਦੇ ਭਾਗੀਆਂ ਵਾਲੇ ਸੋਨੂ ਦਾ ਪੇਂਡੂ ਹੈ ਇਹ ਆ ਸੁਪਰ ਸਟਾਰ ਤੇ ਮਾੜੀ ਹਰਨਾ ਸ਼ੇਰੀ ਸ਼ੇਰ ਬਣਾ ਦਿੰਦੀ ਅੱਜ ਰੜਕਦਾ ਛੰਨਾ ਮੂਰੀ ਲਾ ਦਿੰਦੀ ਉਹ ਰੜਕ ਮਾਰਨੀ ਸੁਰਮੇ ਡਲਿਆਂ ਦੀ ਤੇ ਮੁੜ ਮੁੜ ਯਾਦ ਸਾਹਿਬ ਪਿੰਡ ਦੀਆਂ ਗਲੀਆਂ ਦੀ ਰਮਣ ਦਾ ਨੰਬਰ ਹੋ ਗਿਆ ਪੰਜਾਬੀ ਰਮਣ ਦਾ ਨੰਬਰ ਹੋ ਗਿਆ ਚੱਲ ਵੀ ਮੰਗਣਾ ਪਾਕ ਵੱਡੀ ਜਵਾਨਾ ਉਹ ਅੱਗੇ ਚੀਰ ਦੀ ਕੰਧ ਚਾਰ ਸੁਪਰ ਸਟਾਰ ਜਿੱਦਾਂ ਕਹਿੰਦੇ ਸ਼ਾਹਕੋਟ ਦੀ ਲਾਈਨ ਖੜੀ ਹੈ ਉਦਾਂ ਕਹਿੰਦੇ ਆਹ ਸੁਪਰ ਸਟਾਰ ਖੜੇ ਆ ਅੰਮੂ ਦਾ ਮੁਕਾਬਲਾ ਹੋ ਗਿਆ ਪੰਜਾਬੀ ਦਾ ਹਮੇ ਦਾ ਮੁਕਾਬਲਾ ਆ ਗਿਆ ਇਹ ਹਮਾ ਹਮਾ ਪੰਜਾਬੀ ਵੀਰੋ ਸ਼ਹੀਦ ਭਗਤ ਸਿੰਘ ਦਬਾਬਾ ਹੋਰੀ ਇੱਕ ਵੱਡੀ ਗੱਲ ਆ ਆਹ ਮੁੰਡੇ ਦਾ ਸਰੀਰ ਦੇਖੋ ਭੁੱਖ ਲੱਗਦੀ ਆ ਸਰੀਰ ਦੇਖ ਕੇ ਆਹ ਹਮੂ ਆ ਮੁੰਡਾ ਪੰਜਾਬੀ ਵੀਰੋ ਬੈਠ ਹੈ ਜੋਤ ਮੁੰਡੇ ਦਾ ਸੁਪਰ ਸਟਾਰਾਂ ਦੇ ਵਿੱਚ ਨਾ ਆਉਂਦਾ ਚੱਲ ਵੀ ਜਵਾਨਾ ਟੱਪ ਕੇ ਦਿਖਾਉਂਦਾ ਮੁੰਡੇ ਨੇ ਲੈ ਵੀ ਨੰਬਰ 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 ਸ਼ਹੀਦ ਭਗਤ ਸਿੰਘ ਕਬੱਡੀ ਆਪਣਾ ਹੋ ਗਿਆ ਪੰਜਾਬੀ ਵੀਰੋ ਨੰਬਰ ਦਬਾਬਾ ਹੋਰੀ ਦਾ ਹੋ ਗਿਆ ਚਾਰ ਖਿਡਾਰੀ ਮੇਰੇ ਵੀਰ ਚੀਰ ਦੀ ਕੰਧ ਅੱਗੇ ਖੜਦੀਆਂ ਇੱਕ ਸੰਨੀ ਤੇ ਮੇਰਾ ਵੀਰ ਪਾਲਾ ਭਿੰਡ ਲੱਗਿਆ ਦੇਖੋ ਹੱਥ ਕਿਹਦੇ ਨਾਲ ਜੋੜਦਾ ਮੁੰਡਾ ਰਹਿੰਦਾ ਕੇ ਮੁੜਦਾ ਹੁਣੇ ਪਤਾ ਲੱਗ ਜਾਣਾ ਮੇਰੇ ਵੀਰੋ ਕਿਹਦੇ ਨਾਲ ਹੱਥ ਜੋੜਦਾ ਗੱਭਰੂ ਦਾ ਪਾਲੇ ਨੇ ਹੱਥ ਜੋੜੀਆਂ ਹੋਣੀਆਂ ਤੇ ਪੈਲ ਪਾਲੇ ਨੇ ਆਪਣੀ ਟੀਮ ਦੇ ਹਿੱਸੇ ਕੀਤਾ ਮੇਰੇ ਵੀਰੋ ਮਹਿੰਗੀ ਮਹਿੰਗੀ ਧਾਲੀਵਾਲ ਨੂੰ ਸੀ ਪਾਕਿਸਤਾਨ ਨੂੰ ਦਾ ਜਦੋਂ ਇੰਡੀਆ ਸੀ ਆਇਆ 7 ਸਾਲ ਦਾ ਉਹ ਕਹਿੰਦੇ ਤੇ ਕਹੋਗੇ ਬੰਦੇ ਦੁਨੀਆਂ ਤੇ ਲੱਖਾਂ ਤੇ ਕੋਈ ਵੀ ਨਹੀਂ ਬਾਜੇ ਖਾਨੇ ਨਾਲ ਦਾ ਕੋਈ ਵੀ ਬਾਜੇ ਖਾਨੇ ਨਾਲ ਦਾ ਗਾਉਣ ਵਾਲਿਆਂ ਨੇ ਜੋਰ ਲਾਇਆ ਸੀ ਬਥੇਰਾ ਤੇ ਕਿੱਥੋਂ ਰੋਕੇ ਰੋਕਿਆ ਤੂਫਾਨ ਥੰਮਦੇ ਕਹਿੰਦਾ ਖੇਡਣਾ ਕਬੱਡੀ ਸ਼ੌਕ ਮਰਦ ਤੇਰਾ ਦਾ ਅੱਜ ਇੰਨਾ ਹੁੰਦਾ ਖੇਡਦੇ ਜਵਾਕ ਕੱਢ ਦੇ ਅੱਜ ਇੰਨਾ ਹੁੰਦਾ ਖੇਡਦੇ ਜਵਾਕ ਕੱਢ ਦੇ ਹਾਂਜੀ ਸਾਡੇ ਕੁਵੈਤੀ ਮੁੱਖ ਮਹਿਮਾਨ ਪਹੁੰਚੇ ਆ ਉਹਨਾਂ ਦਾ ਸਵਾਗਤ ਕਰਦੇ ਆ ਇੱਕ ਵਾਰੀ ਤਾੜੀਆਂ ਮਾਰਦੇ ਪੰਜਾਬੀ ਵੀਰ ਮੁੱਖ ਮਹਿਮਾਨ ਪਹੁੰਚੇ ਆ ਉਹਨਾਂ ਦਾ ਸਵਾਗਤ ਕਰਦੇ ਧੰਨਵਾਦ ਸਿੱਧਾ ਸਵਾਗਤ ਕਰਦੇ ਆ ਵੈਲਕਮ ਸਾਡੇ ਕੁਵੈਤੀ ਮਹਿਮਾਨ ਪਹੁੰਚੇ ਸਵਾਗਤ ਕਰਦੇ ਆ ਉਹਨਾਂ ਦਾ ਸਾਡੇ ਸੁਰਜੀਤ ਭਾਜੀ ਦੇ ਕਲੋਜ ਨੇ ਬਹੁਤ ਹੀ ਵਧੀਆ ਪੰਜਾਬ ਸਟੀਲ ਫੈਕਟਰੀ ਦੇ ਮਾਲਕ ਚੱਲ ਵੀ ਆ ਗਿਆ ਆਹੀ ਚੀਜ਼ ਦੀ ਕੰਮ ਲੱਕੀ ਆ ਮੁੰਡਾ ਇਹ ਸੁਖਪੁਰ ਦੇ ਫੁੱਲੇ ਦਾ ਪੇਂਡੂ ਫੁੱਲੇ ਦਾ ਪੇਂਡੂ ਦਾਦੇ ਦਾ ਦਾਦੇ ਸੁਖਪੁਰ ਦਾ ਪੇਂਡੂ ਇਹ ਦਾਦੀ ਦਾ ਪੇਂਡੂ ਇਹ ਸੱਚੀ ਦਾ ਪੇਂਡੂ ਚੱਲ ਵੀ ਜਵਾਨਾ ਆ ਮੁੰਡਾ ਗੁਰਦਾਸਪੁਰ ਦਾ ਗੱਭਰੂ ਪੰਜਾਬੀ ਵੀਰ ਢੱਕ ਪਾਈਏ ਇਹਨੇ ਵੀ ਮੁੰਡੇ ਨੇ ਇਹ ਮੁੰਡਾ ਮਾਝੇ ਦਾ ਸੁਪਰ ਸਟਾਰ ਹੈ ਗੋਲ ਵੀ ਆਖਦੇ ਆ ਡਰਾਈਵਰ ਵੀ ਮੁੰਡਾ ਡਰਾਈਵਰੀ ਵੀ ਕਰਦਾ ਪੰਜਾਬੀ ਵੀਰ ਚੱਲ ਵੀ ਚਾਰ ਜਾਤੀ ਨੇ ਅਮਨਦੀਪ ਦੇ ਭਾਈ ਨੇ ਸੁਪਰ ਸਟਾਰ ਚੱਡੇ ਹੋਏ ਨੇ ਮੈਂ ਵੀ ਦੇਖੋ ਕੀ ਬਣਦਾ ਪੰਜਾਬੀ ਦਾ ਪੈਰੀ ਹੈ ਜਾਤ ਤੇ ਪੰਗਾ ਤੇ ਬਜਾ ਬਜਾ ਹੋ ਗਈ ਹੈ ਪੰਜਾਬੀ ਵੀਰ ਇਹ ਧੂੜ ਸਮਾਨਾਂ ਦੇ ਵਿੱਚ ਉੱਡੀ ਜਦ ਫੇਰ ਮੰਗ ਦਲੇਰ ਕਰਨੀਆਂ ਪੈਂਦੀਆਂ ਸੰਗ ਦੇਣ ਦਾ ਜਿੱਤ ਮਿਲਦੀ ਹੈ ਵਿੱਚ ਨਸੀਬ ਚੱਲ ਵੀ ਚੱਜ ਤਾਂ ਕਬੱਡੀ ਆਹ ਮੁੰਡੇ ਦਾ ਨਾਮ ਜੱਜ ਪੰਜਾਬੀ ਵੀਰ ਨਵਾਂ ਨਿਕੋਰ ਗੱਭਰੂ ਚੰਡਿਆ ਹੋਇਆ ਦੇਖੋ ਕੀ ਬਣਦਾ ਕੰਨੀ ਦੇ ਕੌਣ ਹੈ ਕੰਨੀ ਦੇ ਹਮਾ ਆ ਮੁੰਡਾ ਬੜਾ ਵਧੀਆ ਸਾਡੇ ਦਰਮਿਆਨ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਮੁੱਖ ਮਹਿਮਾਨ ਪਹੁੰਚ ਚੁੱਕੇ ਆ ਜਿਨ੍ਹਾਂ ਦਾ ਇੱਥੇ ਆਉਣ ਤੇ ਹੀ ਤਹਿਤ ਲੋਕ ਧੰਨਵਾਦ ਹੋਸ਼ ਵੈਲਕਮ ਕਹਿੰਦੇ ਆ ਸਾਡੇ ਮੰਤਰੀ ਮਹਿਮਾਨ ਫੈਸਲ ਫਾਹਦ ਅਲ ਅਤੇਲੀ ਸਾਡੇ ਦਰਮਿਆਨ ਪਹੁੰਚ ਚੁੱਕੇ ਆ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਤਹਿਤ ਲੋਕ ਧੰਨਵਾਦ
ਮੋਸਟ ਵੈਲਕਮ ਕਰਦੇ ਹਾਂ। ਹਾਂਜੀ ਮੋਸਟ ਵੈਲਕਮ ਆ ਜੀ, ਸਾਡੇ ਕਰਾਚੀ ਮਹਿਮਾਨ ਪਹੁੰਚੇ ਆ, ਸਵਾਗਤ ਆ ਇਹਨਾਂ ਦਾ ਜਿੰਨੇ ਵੀ ਆ ਵੀ ਗੱਲ ਦੇ ਵਿੱਚ ਬੈਠੇ ਆ। ਚੱਲ ਵੀ ਮੰਗਣਾ ਤੇਰੀ ਵੀ ਦੁਨੀਆ ਦਵਾਨੀ ਆ ਪੰਜਾਬੀ ਵੀਰ, ਗੋਲਡ ਮੈਡਲਿਸਟ ਦਾ ਆ ਜੇ ਤੂੰ ਮੁੰਡਾ ਪੰਜਾਬੀ ਵੀਰ, ਆਈ ਸਾਰਾ ਪੰਜਾਬ ਪੰਜਾਬੀ ਵੀਰ ਹੰਮਾ ਦਿੰਦੇ ਆ ਮੁੰਡੇ ਨੂੰ, ਪੰਜਾਬੀ ਵੀਰ ਹੰਮਾ ਦਿੰਦੇ ਆ ਉਹ ਬੱਲੇ ਉਹ ਹੰਮਿਆ, ਤੇਰੀ ਵੀ ਦੁਨੀਆ ਦਵਾਨੀ ਆ ਪੰਜਾਬੀ ਵੀਰ, ਆ ਮੁੰਡਾ ਹੰਮਾ ਕਹਿੰਦੇ ਆ ਇਹਨੂੰ। ਚਾਰ ਜਾਤੀ ਨੇ ਮੈਂ ਵੀ ਮੰਗਣਾ ਫਸਿਆ ਹੋਇਆ ਮੁਕਾਬਲਾ, ਇਹ ਗਿੱਦੜੀ ਦਿੰਦੀ ਹੈ ਜਦ ਮੈਂ ਗਿੱਦੜਾਂ ਨੂੰ ਕਰ ਸਕਦੀ ਹੈ ਸ਼ੇਰ ਦੀ ਸ਼ੇਰ ਪੈਦਾ, ਜੇ ਕਰ ਜ਼ਮੀਨ ਦੇ ਵਿੱਚ ਗਿੱਲ ਹੋਵੇ ਉੱਥੇ ਫਸਲ ਹੁੰਦੀ ਹੈ ਫੇਰ ਪੈਦਾ, ਉੱਥੇ ਫਸਲ ਹੁੰਦੀ ਹੈ ਫੇਰ ਪੈਦਾ। ਚੱਲ ਵੀ ਨਿਸ਼ਾਨ ਪਾ ਜਵਾਨਾ ਕਬੱਡੀ, ਤੇਰੀ ਵੀ ਦੁਨੀਆ ਦਵਾਨੀ ਹੈ, ਤੂੰ ਵੀ ਮਾਝਾ ਵਿੱਚ ਆਇਆ ਜਵਾਨਾ, ਦੇਖੋ ਦੇਖੀ ਕਿਤੇ ਲਤੀਰਾ ਪੈ ਜਾਵੇ, ਉਹ ਲਤੀਰਾ ਦੇਖਿਆ ਮੈਂ ਕਿਹਾ ਸੀ ਨਾ ਜਵਾਨਾ, ਪਰ ਇਹਦੀ ਮਾਝੇ ਦਾ ਮਨਿਆਣਾ ਹੈ, ਇਹਦੀ ਕਾਲੇ ਦੇ ਪਿੰਡਾਂ ਦਾ ਗੰਭਰੂ ਹੈ, ਕਾਲੇ ਦੇ ਪਿੰਡਾਂ ਦਾ ਗੰਭਰੂ ਹੈ ਬੰਦੇ ਉਹ ਸਾਰਾ ਤੇਰੀ ਦੁਨੀਆ। ਤੀਰ ਭਾਸ਼ਣ ਕਲੱਬ ਦੇ ਜਿਹੜੇ ਦੇਖੋ ਆ ਕਿਹਦੇ ਨਾਲ ਜੁੜਦਾ ਮੁੰਡਾ ਰਹਿੰਦਾ ਕਿ ਮਰਦਾ, ਯੋਧੇ ਲੜ ਵਿੱਚ ਜੂਝਦੇ ਤੇ ਮੋਹਦੇ ਤਲਵਾਰ ਹੁੰਦੀਆਂ, ਜਿੱਤਾਂ ਤੇ ਹਾਰਾਂ ਜਿੱਤ ਦਾ ਸ਼ੁਕਰ ਮਨਾ ਲਈਏ, ਨਾ ਹਾਰੋਂ ਡਰੀਏ, ਉਹ ਮੰਦਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ, ਮੰਦਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ। ਨੰਬਰ ਨਿਸ਼ਾਨ ਦਾ ਹੋ ਗਿਆ ਕਿ ਭੱਜਿਆਂ ਨੂੰ ਇੱਕੋ ਜਿਹੇ ਮਾਰ ਮਿੱਤਰੋ, ਕਿ ਟੱਕਰੇ ਹਾਰੀਆਂ ਨੂੰ ਹਾਰ ਮਿੱਤਰੋ, ਕਿ ਰਾਜਾ ਕਿਲੇ ਲਿਖੇ ਗੱਲ ਲੱਖ ਲੱਖ ਦੀ, ਕਿ ਧੁੰਮ ਪੈ ਗਈ ਕਮੈਨ ਦੇ ਕਬੱਡੀ ਕੱਪ ਦੀ, ਕਿ ਧੁੰਮ ਪੈ ਗਈ ਸ਼ਹੀਦ ਬਾਬਾ ਕਬੱਡੀ ਕਲੱਬ ਸ਼ਹੀਦ ਬਾਬਾ ਕਬੱਡੀ ਕਲੱਬ ਭਗਤ ਸਿੰਘ ਦੀ, ਚੱਲ ਵੀ ਜਵਾਨਾ ਪਾ ਕਬੱਡੀ, ਕਿ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਕਿਸੇ ਟੋਲਾ, ਕਬੱਡੀ ਦੇ ਕਪੂਰਥਲਾ ਜੀਜਾ ਕੋਈ ਦੋ ਨਾ, ਕਿ ਕਬੱਡੀ ਦੇ ਕਪੂਰਥਲਾ ਜੀਜਾ ਕੋਈ ਦੋ ਨਾ। ਚੱਲ ਵੀ ਜਵਾਨਾ ਆਈ ਰਮਣਾ ਸੁਪਰ ਸਟਾਰ ਹੈ, ਕਬੱਡੀ ਕਲੱਬ ਨੇ ਵੀ ਇਹ ਲੱਕੀ ਡਰਾ ਰੱਖਿਆ ਇੱਥੇ, ਜੇ ਕਿਸੇ ਮੇਰੇ ਵੀਰ ਨੇ ਡਰਾ ਪਾਉਣਾ ਹੋਵੇ ਤਾਂ ਪਾ ਸਕਦਾ, ਨੌ ਨਾਮ ਰੱਖੇ ਆ ਵੀਰੋ, ਇੱਕ ਦਿਨਾਰ ਦੀ ਪਰਚੀ ਆ, ਜੇ ਕਿਸੇ ਵੀ ਮੇਰੇ ਵੀਰ ਨੇ ਇਹ ਲੱਕੀ ਡਰਾ ਆਪਣੀ ਕਿਸਮਤ ਲਗਾਉਣੀ ਆ ਤੇ ਸਟੇਜ ਦੇ ਕੋਲੇ ਆ ਕੇ ਪਾ ਸਕਦਾ, ਇੱਕ ਦਿਨਾਰ ਦੀ ਪਰਚੀ ਆ, ਇਸੇ ਗਰਾਊਂਡ ਦੇ ਵਿੱਚ ਲੱਕੀ ਡਰਾ ਕੱਢੇ ਜਾਣੇ ਆ, ਆਪੋ ਆਪਣੀ ਕਿਸਮਤ ਲਗਾਉਣ ਦੇ ਲਈ ਇੱਕ ਦਿਨਾਰ ਦੀ ਪਰਚੀ ਆ, ਤੇ ਜ਼ਰੂਰ ਜਿਹੜਾ ਵੀ ਮੇਰਾ ਵੀਰ ਪਾਉਣਾ ਚਾਹੁੰਦਾ ਹੋਵੇ ਉਹ ਸਟੇਜ ਦੇ ਮੂਹਰੇ ਆ ਕੇ, ਆ ਮੇਰੇ ਵੀਰ ਇੱਥੇ ਬੈਠੇ ਆ ਇਹਨਾਂ ਕੋਲ ਆ ਕੇ ਪਾ ਸਕਦਾ, ਇੱਕ ਦਿਨਾਰ ਦੀ ਪਰਚੀ ਆ ਮੇਰੇ ਵੀਰ। ਚੱਲ ਵੀ ਜਵਾਨਾ ਪਾਕ ਬੱਡੀ ਆਈ ਅੰਮੂ, ਇਹ ਅੰਮੂ ਪੰਜਾਬੀ ਹੁਸ਼ਿਆਰਪੁਰ ਦਾ ਗੱਭਰੂ ਹੈ। ਹਾਂਜੀ ਧੰਨਵਾਦ ਕਰਦੇ ਹਾਂ ਨਿਸ਼ਕਾਮ ਕੀਰਤਨੀ ਸੇਵਾ ਜੱਥਾ ਪਹੁੰਚਿਆ ਸਾਡੇ ਸਮਰਥਨ, ਉਹਨਾਂ ਦਾ ਸਵਾਗਤ ਕਰਦੇ ਹਾਂ, ਵੀ ਆਈ ਪੀ ਗੈਲਰੀ ਦੇ ਵਿੱਚ ਬੈਠੇ ਨੇ ਸਵਾਗਤ ਕਰਦੇ, ਵੈਲਕਮ ਨਿਸ਼ਕਾਮ ਕੀਰਤਨੀ ਸੇਵਾ ਜੱਥਾ ਪਹੁੰਚਿਆ ਜੀ ਧੰਨਵਾਦ। ਹਾਂਜੀ ਹੁਣ ਜੁੜੀ ਆਪਾਂ ਮਾਂ ਖੇਡ ਕਬੱਡੀ ਨੇ, ਚੱਲ ਵੀ ਲੱਕੀ ਮਾਂ ਕਬੱਡੀ ਆ ਪੱਲ, ਇੱਕ ਪੱਲ ਜਲਾਲਪੁਰੀ ਹੈ, ਇੱਕ ਪੱਲ ਆ ਮਾਲਵੇਲਾ, ਸੁਪਰ ਸਟਾਰ ਦੁਨੀਆ ਵਿੱਚ ਆਈ ਹੈ, ਇਹਨੂੰ ਪੱਲ ਸੰਧੂ ਕਹਿੰਦੇ ਹੈ, ਉਹ ਬੱਲੇ ਆਈ ਜਵਾਨ, ਇਹ ਜਸਮਾਨੀ ਚੁੱਪਕ, ਇਹਨੂੰ ਜਸਮਾਨੀ ਚੁੱਪੜ ਨੂੰ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਪੰਜਾਬ ਦੇ ਵਿੱਚ ਕਰਦਾ ਕਰਦਾ, ਅੱਜ ਮੇਰਾ ਵੀ ਕਮੈਨ ਦੀ ਧਰਤੀ ਦੇ ਆਪਣੀ ਖੇਡ ਦਾ ਲੋਹਾ ਮਨਵਾ ਰਿਹਾ ਮੇਰੇ ਵੀਰੋ, ਇਹ ਉਹ ਪੱਲ ਆ
ਤੇ ਜਿਹੜਾ ਪ੍ਰੈਟਰ ਆਉਂਦੇ ਸਾਰ ਪਹਿਲਾਂ ਤਿਆਰੀ ਨਹੀਂ ਪਾਲੇ ਨੇ ਲਾਈ, ਪਹਿਲਾਂ ਕਬੱਡੀ ਮੈਚ ਖੇਡਿਆ ਸੀ, ਬਹੁਤ ਪਿਆਰ ਰੱਖਦਾ ਕਬੱਡੀ ਗੇਮ ਦੇ ਨਾਲ ਸੱਭਰੂ ਪਾਲਾ ਭਿੰਡੇ ਦਾ, ਮਾਲਵੇ ਜ਼ਿਲ੍ਹੇ ਦੇ ਢਾਕਾ ਬਸਾ ਪਿੰਡ ਦਾ ਪਿੰਡ ਪਿੰਡਰਕਲਾ, ਉਹ ਪਿੰਡ ਦਾ ਜੰਪੜਾ ਮੇਰਾ ਵੀਰ ਪਾਲਾ ਭਿੰਡੇ ਦਾ, ਤੇ ਸੱਟ ਦਾ ਫਰਾਕ ਆ ਮੇਰਾ ਵੀਰ ਦੇ ਮੁੰਡੇ ਦੀ ਫਿਰ ਚੰਗੀ ਲੱਗੀ ਤਾਂ ਤਾੜੀ ਜ਼ਰੂਰ ਮਾਰਦਾ ਕਰੋ ਪਾਲੇ ਭਿੰਡਰਾ ਦੇ ਨਾਮ। ਹਾਂਜੀ ਰਿੰਕੂ ਹੁਸ਼ਿਆਰਪੁਰੀਆ 59-11 ਗਰੁੱਪ ਦੇ ਉਹ ਵੀ ਪਹੁੰਚ ਚੁੱਕੇ ਆ, ਰਿੰਕੂ ਹੁਸ਼ਿਆਰਪੁਰੀਆ ਪੰਜਾਬੀ ਵੀਰੋ ਉਹ ਪੈ ਗਿਆ ਮੁਕਾਬਲਾ, ਇਹ ਹੈਪੀ ਜਲੰਧਰੀਆ ਪੰਜਾਬੀ ਵੀਰੋ ਨੰਬਰ ਨੰਬਰ ਆਪਣੇ ਸੁਪਰ ਸਟਾਰ ਦਾ ਹੋ ਗਿਆ, ਜਲ ਵੀ ਜਵਾਨਾ ਪਾ ਕਬੱਡੀ ਕਿ ਖੁਦ ਪੱਟਣੀ ਤੇ ਔਖੀ ਲੈਣੀ ਹੁੰਦੀ ਕਬੱਡੀ ਵਿੱਚ ਧਾਕ ਮਿੱਤਰੋ, ਕਿ ਦਾ ਮਿਹਰਬਾਨ ਨਾਲ ਲੱਗਦੇ ਖਾ ਕੇ ਖੁਰਾਕ ਮਿੱਤਰੋ, ਕਿ ਦਾ ਮਿਹਰਬਾਨ ਨਾਲ ਲੱਗਦੇ ਖਾ ਕੇ ਖੁਰਾਕ ਮਿੱਤਰੋ, ਕਿ ਮੁੱਲ ਕੇ ਸ੍ਰੀ ਰਾਵੇ ਉਹ ਜਿਵੇਂ ਲਾਲਾ ਮੇਰ ਬਾਲ ਕੇ ਧਨ ਜ਼ੋਰ ਜਵਾਨੀ ਆ ਉਹ ਮੇਲਾ ਲੈ ਜਾਂਦੇ ਨੇ ਲੁੱਟ ਕੇ, ਇਹ ਅੜੀਆਂ ਘੋੜਿਆਂ ਨੇ ਉਹ ਤਾੜੀਆਂ ਮਾਰਦੇ ਪੰਜਾਬੀ ਵੀਰੇ ਤਾੜੀਆਂ ਮਾਰਦੇ ਕਿਹੜਾ ਵਾਸ ਰਹਿੰਦਾ ਮੇਰੇ ਵੀਰੋ, ਅੱਜ ਕਲੈਰ ਦੀ ਧਰਤੀ ਤੇ ਕਬੱਡੀ ਦੀ ਧੰਮ ਪੈ ਰਹੀ ਆ ਤੇ ਸ਼ਹੀਦ ਭਗਤ ਸਿੰਘ ਕਲੈਦੋ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਹਨਾਂ ਦੇ ਸਹਿਯੋਗ ਦੇ ਨਾਲ ਤੇ ਕਲੈਰ ਦੀ ਧਰਤੀ ਤੇ ਇਹੋ ਜਿਹੇ ਟੂਰਨਾਮੈਂਟ ਕਰਵਾਏ ਜਾ ਰਹੇ ਆ। ਤੁਸੀਂ ਮੇਰੇ ਵੀਰੋ ਅੱਗੇ ਸਿੱਖੀ ਸਰਦਾਰ ਸਿੱਖੀ ਸਰੂਪ ਦੇ ਵਿੱਚ ਸਰਦਾਰ ਗੱਭਰੂ ਉਹ ਮਾਰੀ ਆ ਡਾਈ ਮੁੰਡੇ ਨੇ ਲੱਤ ਤੋਂ ਫੜਿਆ ਲੱਗ ਜੂ ਪਤਾ 35 ਲਾਗੀ ਆ, ਹੁਣੇ ਪਤਾ ਲੱਗ ਜਾਣਾ ਚਾਬੀ ਲੈ ਗਿਆ ਬੁਲਾਵਾ ਜਾਨੀ, ਇਹ ਜਿੰਦਰਾ ਦੀ ਗੱਲ ਖਾ ਗਿਆ, ਚਾਬੀ ਲੈ ਗਿਆ ਬੁਲਾਵਾ ਜਾਨੀ ਤੇ ਜਿੰਦਰਾ ਦੀ ਗੱਲ ਖਾ ਗਿਆ। ਸਾਡੇ ਪੰਜਾਬ ਪੈਟ ਭੰਗੜਾ ਗਰੁੱਪ ਪਹੁੰਚ ਚੁੱਕਿਆ, ਜਿਹੜੇ ਥੋੜੇ ਸਮੇਂ ਦੇ ਵਿੱਚ ਮੇਰੇ ਵੀਰ ਆਪਣੇ ਭੰਗੜੇ ਦੇ ਜੋਰ ਦਿਖਾਉਂਦੇ, ਇਹਨਾਂ ਦੀ ਵੀ ਹੌਸਲਾ ਅਫਜਾਈ ਕਰਨੀ ਆ ਤੇ ਪੂਰੇ ਇਹ ਕਰਦੇ ਨੇ ਅੱਜ ਫੇਰ ਕਬੱਡੀ ਦੇ ਮੁਕਾਬਲੇ ਵੀ ਨਾਲ ਹੋਣ ਜਾ ਰਹੇ ਆ। ਰੱਖਣ ਦੀ ਕੋਸ਼ਿਸ਼ ਕੀਤੀ ਆ, ਡੱਕਣ ਦੀ ਕੋਸ਼ਿਸ਼ ਕੀਤੀ ਆ, ਅੱਜ ਲੱਗ ਜੂ ਪਤਾ ਇਹਦੇ ਨਾਲ ਪੱਟਾਂ 'ਚ ਕਿੰਨਾ ਜ਼ੋਰ ਮਿੱਤਰੋ, ਕਿਹੜਾ ਤਕੜਾ ਤੇ ਕਿਹੜਾ ਕਮਜ਼ੋਰ ਮਿੱਤਰੋ, ਇਹਦਾ ਸੁਣਿਆ ਸਰਦਾਰਾਂ ਦੇ ਤੇਰੀ ਮਹਿੰਦੀ ਸਰਦਾਰੀ ਆ, ਸੁਣਿਆ ਸਰਦਾਰਾਂ ਦੇ ਤੇਰੀ ਮਹਿੰਦੀ ਸਰਦਾਰੀ ਆ, ਸਵੈਮ ਜਾਫੂਗਾ ਸਰਦਾਰ ਹਰਚਾਲ ਸਿੰਘ ਦੀ ਸੈਣੀ ਮਨਜੀਤ ਸਿੰਘ ਜੀ, ਸਰਦਾਰ ਸੁਰਿੰਦਰ ਸਿੰਘ ਛੋਟਾ ਚੋਟਾ ਕਨੇਡਾ ਤੇ ਨਿੱਜੀ ਧਾਨੀ ਸਰਦਾਰ ਹਾਂਜੀ ਲੱਭੇ ਦੇ ਗੋਪਾ ਦੇ ਰਾਜਾ ਉਹਨਾਂ ਨੇ ਪੰਜਾਬੀ ਵੀਰੋ ਪ੍ਰੀਤ ਸੰਧੂ ਸਾਡਾ ਵੀਰ ਬੈਠਾ ਮਾਂ ਖੇਡ ਕਬੱਡੀ ਨੂੰ ਬੜਾ ਪਿਆਰ ਕਰਦਾ, ਅੰਬੂ ਦੀ ਹਰ ਰੇਟ ਤੇ 5 ਗੜੀ ਲਾ ਤੇ ਆ ਉਹਨਾਂ ਨੇ, ਜਿੰਨਾ ਵੀ ਗਰੁੱਪ ਬੈਠਾ ਧੰਨਵਾਦ। ਮੈਂ ਵੀ ਆਈ ਵੱਡਾ ਲੱਖਾ ਆਖਦੇ ਗੱਭਰੂ ਨੂੰ ਪੰਜਾਬੀ ਵੀਰੋ, ਚੱਲ ਵੀ ਮੱਝ ਦੇ ਮਝਾਲਾ ਪਾ ਕਬੱਡੀ
ਮਾਣਾ ਹੌਸਲਾ ਖਿੱਚਣਾ ਜੂਏ ਦੀ ਝਿੜਕ ਜਵਾਨਾ ਹੋਏ ਉਹ ਤੁਰਦੇ ਬਾਪੂ ਜਿੰਦਾ ਦੀ ਕੋਈ ਝਿੜਕ ਜਵਾਨਾ ਹੋਏ ਉਹ ਡਾਇਰੈਕਟਰ ਦੱਸਦੀਆਂ ਗਲਤ ਮੂਵੀਆਂ ਖੂਨ ਚ ਹੁੰਦੀਆਂ ਨੇ ਤੇ ਡਾਊਨ ਲੋਡ ਨੀ ਹੁੰਦੀਆਂ ਅੜਕਾਂ ਖੂਨ ਚ ਹੁੰਦੀਆਂ ਨੇ ਤੇ ਡਾਊਨ ਲੋਡ ਨੀ ਹੁੰਦੀਆਂ ਅੜਕਾਂ ਖੂਨ ਚ ਹੁੰਦੀਆਂ ਨੇ We are honored to have Mr. Faisal Fahad Al Qutaibi. We are very grateful and thankful to Mr. Faisal for his time to come over here and honor this occasion. Thank you very much. Thanks a lot and thanks a lot for the support. And we, I will take this time occasion to have thanks for the government, the National Sporting Club management, and MOI personnel. They have a great sport club, and due to that, it looks like the occasion is being successful. And again, we thank the government of Korea for permission to conduct the event here, and the MOI personnel, and again, Mr. Faisal Fahad Al Qutaibi for his time to us and support to us. Thanks a lot. Thank you very much. ਚੱਲ ਵੀ ਪੱਟੀ ਪਾ ਕਬੱਡੀ ਜਾਂਦਾ ਫਿਰ ਵੀ ਜਿਹੜੀਆਂ ਆਹ ਬੰਦੇ ਆ ਪੱਟੀ ਨੰਬਰ ਪੱਟੀ ਦਾ ਹੋਇਆ ਪੰਜਾਬੀ ਵੀਰੇ ਉਹ ਚੱਲ ਵੀ ਲੱਖਾ ਆਹ ਮੁੰਡਾ ਪੰਜਾਬੀ ਵੀਰੇ ਲੱਖਾ ਤੂੰ ਤਾਂ ਆਖਦੇ ਆ ਮੁੰਡੇ ਨੂੰ ਇਹਨਾਂ ਨੂੰ ਜਲੀਆਂ ਵਧੀਆ ਕਬੱਡੀਆਂ ਪਾ ਕੇ ਗਏ ਆ ਹੁਣ ਛੁੱਟੀ ਕੱਟ ਕੇ ਆ ਗੱਭਰੂ ਦੇਖੋ ਦੇਖ ਮੁੰਡੇ ਦੀ ਜਿੱਦਾਂ ਕਹਿੰਦਾ ਸੁੱਖੀ ਲੱਕੜ ਕੇ ਪੱਡੇ ਵਾਲਾ ਕਬੱਡੀ ਪਾਉਂਦਾ ਚਾਰ ਜਾਫੀ ਦੇ ਫੜੇ ਸੀ ਲੱਭ ਦੇ ਦੇਖੋ ਕੀ ਬਣ ਰਿਹਾ ਉਹ ਬੰਦੇ ਜਵਾਨਾ ਸਿੰਘ ਨੂੰ ਸਿੰਘ ਹੋ ਗਿਆ ਪੰਜਾਬੀ ਸਿੰਘ ਨੂੰ ਸਿੰਘ ਹੋ ਗਿਆ ਇਹ ਲੱਖਾ ਉਹ ਬੰਦੇ ਲੱਖਿਆ ਤੇਰੀ ਵੀ ਦੁਨੀਆ ਦੇ ਵਿੱਚ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ ਗੱਭਰੂ ਪੰਜਾਬ ਯੂਨੀਵਰਸਿਟੀ ਦੇ ਲਈ ਖੇਡੇ ਆ 2 ਸਾਲ ਮੁੰਡਾ ਐਨ ਪਹਿਲਵਾਨੀ ਵੀ ਕਰਦੇ ਨਾਲ ਕਬੱਡੀ ਦੇ ਨਾਲ ਵੀ ਜੁੜਿਆ ਨਾਲ ਕਬੱਡੀ ਦੇ ਨਾਲ ਵੀ ਜੁੜਿਆ ਉਹ ਬੰਦੇ ਜਵਾਨਾ ਨੰਬਰ ਮੰਗਲ ਦਾ ਹੋ ਗਿਆ ਤੇ ਮੰਗੇ ਪਿੰਡੇ ਲਿਸਟ ਦੇ ਧਰਤੀ ਵਿੱਚ ਪੈਂਦੇ 6 ਕੱਪ ਆਖਰ ਉਹਨੇ ਜਿੱਤਣਾ ਜਿਹਨੇ ਜਿੱਤ ਲਿਖੀ ਵਿੱਚ ਲੇਖ ਤੇ ਜਿਹੜੇ ਜਿੱਤ ਲਿਖੀ ਵਿੱਚ ਲੇਖ ਆਹ ਮੁੰਡਾ ਡਰਾਈਵਰ ਆ ਪੰਜਾਬੀ ਵੀਰੋ ਮਾਝੇ ਦਾ ਗੁਰਦਾਸਪੁਰ ਏਰੀਆ ਦੇਖੋ ਚਾਰ ਜਾਫੀ ਘਰ ਠੋਕ ਕੇ ਰੱਖਦੇ ਲੱਗਾ ਜੀ ਉਹ ਦੇਖੋ ਜਵਾਨਾਂ ਕਿੱਧਰ ਦਾ ਨੰਬਰ ਜਾਫੀ ਦਾ ਹੋ ਗਿਆ ਪੰਜਾਬੀ ਵੀਰੋ ਨੰਬਰ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਦਾ ਹੋ ਗਿਆ ਨੰਬਰ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਦਾ ਹੋ ਗਿਆ ਚੱਲ ਵੀ ਮੁੰਡਾ ਆ ਮੁੰਡਾ ਬੜੀ ਦੂਰ ਹੋਇਆ ਪੰਜਾਬੀ ਵੀਰੋ ਮਾਂ ਖੇਡ ਕਬੱਡੀ ਨਾਲ ਜੁੜਿਆ ਹੋਇਆ ਇਹਨੂੰ ਜੱਟ ਕਹਿੰਦੇ ਆ ਦਲੀਪ ਸਿੰਘ ਦਾ ਮੁੰਡਾ ਹੱਥ ਕੇ ਪਾਉਣਾ ਕਬੱਡੀ ਤੇ ਗਾਂਵ ਦੀਆਂ ਜਾਣਾ ਜਦੋਂ ਹੱਥੇ ਵਿੱਚ ਦਿਸਦੇ ਤੇ ਚੱਲ ਜਾਂਦਾ ਚਾਹ ਦਾ ਖਿਡਾਰੀ ਵੀ ਦਿਸਦੇ ਜਿਵੇਂ ਕਾੜ ਵੀ ਕੱਢੀ ਤੇ ਖੇਡਣੀ ਕਬੱਡੀ ਯਾਰ ਆਹ ਮੁੰਡੇ ਦੇ ਪੰਜ ਗੜੀ ਲੱਗੀ ਆ ਪੰਜਾਬੀ ਵੀਰੋ ਆਹ ਮੁੰਡਾ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ ਦੇਖੋ ਸਰੀਰ ਮੁੰਡੇ ਦਾ ਐਨ ਰੈਸਲਰ ਵਰਗਾ ਸਰੀਰ ਹੈ ਮੁੰਡੇ ਦਾ ਦੇਖ ਦੇਖੋ ਚਾਰ ਜਾਫੀ ਨੇ ਫਤਿਹ ਸਿੰਘ ਕਬੱਡੀ ਕਲੱਬ ਦੇ ਦੇਖੋ ਕੀ ਬੜਾ ਚਾਰ ਉਹ ਦੇਖੋ ਭਾਵੇਂ ਤਾਂ ਹੋ ਗਈ ਪੰਜਾਬੀ ਵੀਰੋ ਉਹ ਪੰਜ ਗੜੀ ਲੱਗ ਗਏ ਪੰਜਾਬੀ ਵੀਰੋ ਪੰਜ ਗੜੀ ਲੱਗ ਗਏ ਪੰਜਾਬੀ ਵੀਰੋ ਪੰਜ ਗੜੀ ਸਾਲਾਂ ਜਵਾਨਾਂ ਆਹ ਮੁੰਡੇ ਨੇ ਜਿਹੜੇ ਮੁੰਡੇ ਨੇ ਲੱਗੇ ਸੀ ਪੰਜਾਬੀ ਚੱਫਾ ਲੱਗ ਗਿਆ ਹਰ ਰੇਡ ਤੇ ਚੱਫਾ ਲੱਗ ਗਿਆ ਪੰਜਾਬੀ ਨੇ ਚੱਲ ਪੱਟੀ ਪਾ ਕਬੱਡੀ ਚਾਰ ਸਾਥੀ ਆ ਮੇਰੇ ਵੀਰੋ ਨੱਕ ਚ ਮੁੰਡਾ ਕਿਹੜੇ ਨਾਲ ਜੁੜਦਾ ਮੁੰਡਾ ਰਹਿੰਦਾ ਕਿ ਮੁੜਦਾ ਸਨਮਾਨ ਹੋ ਰਿਹਾ ਮੇਰੇ ਵੀਰੋ
ਚੱਲਿਆ ਅਤੇ ਘਰੇ ਦੀ ਲੇਨ ਤੇ ਚੱਲਿਆ ਹੁਣੇ ਪਤਾ ਲੱਗ ਗਿਆ ਜੱਟ ਸਖਲਾਰੇ ਦਾ ਵੇਟਰ ਰੈਂਕ ਤੇ ਆ ਕਦੇ ਚਾਰ ਦਾਫੀ ਆ ਹੁਣੇ ਪਤਾ ਲੱਗ ਜਾਣਾ ਇਹਦੇ ਪੁੱਟਾਂ 'ਚ ਕਿੰਨਾ ਜ਼ੋਰ ਨਿਕਲੋ ਕਿਹੜਾ ਤਕੜਾ ਤੇ ਕਿਹੜਾ ਕਮਜ਼ੋਰ ਨਿਕਲੋ ਪੈਂਟ ਜੱਜਦਾ ਜਦ ਪੈਂਟ ਲੈ ਕੇ ਆਪਣੇ ਤਾਰੇ ਚਾ ਦਿੱਤਾ ਮੇਰਾ ਵੀਰ ਇਹਦਾ ਕੱਲੇ ਕੱਲੇ ਗੱਭਰੂ ਤੇ ਰੋਹ ਪੂਰਾ ਚੜਿਆ ਕਿਹੜਾ ਜਾਊ ਭੱਜ ਤੇ ਕਿਹੜਾ ਜਾਊ ਫੜਿਆ ਅੱਜ ਲੱਗ ਜੂ ਪਤਾ ਪੈਂਟ ਦੀ ਧਰਤੀ ਆ ਤੇ ਮੈਂ ਫਿਰ ਕਬੱਡੀ ਦੀ ਪੂਰੀ ਧੰਮ ਪੈ ਰਹੀ ਆ ਮੇਰੇ ਵੀਰੋ ਹੁਣੇ ਲੱਗ ਜਾਣਾ ਪਤਾ ਨਰਮਦਾ ਰੇਡਰਾਂ ਤੇ ਸਿੱਖ ਸਰਦਾਰ ਮੁੰਡੇ ਦੇ ਨਾਲ ਹੱਥ ਜੁੜ ਗਏ ਆ ਤੇ ਪੈਂਟ ਰੇਡਰ ਦਾ ਸੁਣਿਆ ਸਰਦਾਰਾਂ ਦੇ ਬੜੀ ਮਹਿੰਦੀ ਸਰਦਾਰੀ ਆ ਪਰ ਪੈਂਟ ਰੇਡਰ ਦੇ ਹੱਕ ਦਾ ਮੇਰੇ ਵੀਰੋ ਸਾਡੇ ਦਰਬਾਰ ਕਿੰਗਸ ਇਲੈਵਨ ਪੰਜਾਬ ਕ੍ਰਿਕਟ ਟੀਮ ਵੀ ਪਹੁੰਚ ਚੁੱਕੀ ਆ ਮੇਰੇ ਵੀਰ ਸਾਬੀ ਹੋਣੀ ਮੇਰਾ ਵੀਰ ਭਿੱਦਾ ਟਾਕਾਲਾ ਇਹਨਾਂ ਮੁੰਡਿਆਂ ਨੇ ਵੀ ਕੁਵੈਤ ਦੀ ਧਰਤੀ ਤੇ ਕ੍ਰਿਕਟ ਦੇ ਵਿੱਚ ਆਪਣੀ ਧੰਮ ਮਚਾਈ ਆ ਇਹਨਾਂ ਦਾ ਅੱਗੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਆ ਕਿ ਸਾਡੀ ਮਾਂ ਖੇਡ ਕਬੱਡੀ ਇੱਥੇ ਪੂਰੀ ਪ੍ਰਚਲਿਤ ਹੋ ਚੁੱਕੀ ਆ ਪੰਜਾਬ ਦੀਆਂ ਖੇਡਾਂ ਤੇ ਕ੍ਰਿਕਟਰਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਉੱਤੇ ਸਮਾਂ ਕੱਢ ਕੇ ਸਾਡੀ ਖੇਡ ਮੇਲੇ ਦੀ ਰੌਣਕ ਨੂੰ ਵਧਾਇਆ ਚੰਨ ਵੀ ਲੱਖਿਆ ਪਾ ਕਬੱਡੀ ਜਵਾਨਾ ਤੇਰੀ ਵੀ ਦੁਨੀਆ ਨਵਾਨੀ ਹੈ ਤੇ ਮੁੜਕੋ ਮੁੜ ਕੇ ਹੋ ਗਿਆ ਦੇਖੋ ਜੋਰ ਚੁੱਭਦਾ ਤੇ ਕੰਡਾ ਵੀ ਨਹੀਂ ਚੁੱਭਦਾ ਜਿਸ ਨੂੰ ਕਠੋਰ ਚੁੱਭਦਾ ਵਾ ਫਿਰ ਚੜ੍ਹਦੀ ਉਰਮ ਗਰਮ ਖੁਰ ਲਕਾਰੇ ਤਾਂ ਵਜੇ ਫਿਰ ਰਾਜਾ ਖੇਲਾ ਮਰਦ ਮਲਾ ਨੂੰ ਡਰ ਕੇ ਨਹੀਂ ਭੱਜਦੇ ਤੇ ਰਾਜਾ ਖੇਲਾ ਮਰਦ ਮਲਾ ਨੂੰ ਡਰ ਕੇ ਨਹੀਂ ਭੱਜਦੇ ਨੰਬਰ ਸ਼ਹੀਦ ਭਗਤ ਸਿੰਘ ਕਬੱਡੀ ਦਾ ਦਬਾਬਾ ਬੋਲਣ ਦਾ ਹੋ ਗਿਆ ਪੰਜਾਬੀ ਦੇ ਕੱਲ ਵੀ ਜੱਜ ਪਾ ਕਬੱਡੀ ਜਵਾਨਾ ਤੂੰ ਬੜਾ ਮਹਿੰਗਾ ਪਲੇਅਰ ਹੱਟ ਕੇ ਕਬੱਡੀ ਪਾਉਣਾ ਤੇਰਾ ਸਟਾਈਲ ਰੱਖਦਾ ਹੈ ਤੇਰੀ ਦੁਨੀਆ ਵਿੱਚ ਜਵਾਨੀ ਹੈ ਚਾਰ ਜਾਤੀ ਐਰਾ ਜਾਤੀ ਵਾਲੇ ਚੀਨ ਦੀ ਕੰਧ ਹੈ ਨਾਲ ਕਹਿੰਦੇ ਦਿੱਲੀ ਸ਼ੇਰ ਹੈ ਦੇਖੋ ਆ ਇਹ ਮੋਗੇ ਦਾ ਆ ਵੀ ਮੋਗੇ ਵਾਲਾ ਮੁੰਡਾ ਭੱਟੀ ਰੇਟ ਤੇ ਮੇਰੇ ਵੀਰੋ ਹੁਣੇ ਲੱਗ ਜਾਣਾ ਪਤਾ ਕਿਹਦੇ ਨਾਲ ਜੋੜਦਾ ਮੁੰਡਾ ਰਹਿੰਦਾ ਕੇ ਮਰਦਾ ਕਹਿੰਦਾ ਪਹਾੜਾਂ ਜਿੱਥੇ ਜੇਰੇ ਚਾਹੇ ਘਰ ਹੋਣ ਛੋਟੇ ਦਿਲ ਵੱਡਾ ਰੱਖੀ ਜਾ ਉਹ ਚੰਗੇ ਮਾੜੇ ਜਾਣਿਆਂ ਦੇ ਮਰਦਾਂ ਦੇ ਉੱਤੇ ਹੌਸਲਾ ਨਹੀਂ ਛੱਡੀਦਾ ਹੌਸਲਾ ਨਹੀਂ ਛੱਡੀਦਾ ਪੁਆਇੰਟ ਲੈ ਕੇ ਰੇਡਰ ਆਪਣੇ ਤਾਰੇ ਕਰਦੇ ਆ ਤੇ ਰੇਡਰ ਦਾ ਪੈਂਦਾ ਮੇਰੇ ਵੀਰੋ ਹਾਂਜੀ ਨੰਬਰ ਲੀਡਰ ਦਾ ਹੋ ਗਿਆ ਕਿ ਅਸੀਂ ਅੰਡਰਗਰਾਊਂਡ ਬੰਦੇ ਉੱਪਰ ਤੱਕ ਮਾਰਾ ਨੇ ਅਸੀਂ ਅੱਜ ਦੇ ਰਾਜੇ ਆ ਸਾਡਾ ਪਤਾ ਨਹੀਂ ਚੱਲਦਾ ਕਿ ਚਾਂਦਰਾ ਲਾਗੂ ਨਹੀਂ ਸਾਡਾ ਨਾਮ ਚੱਲਦਾ ਕਿ ਚਾਂਦਰਾ ਲਾਗੂ ਨਹੀਂ ਸਾਡਾ ਨਾਮ ਚੱਲਦਾ ਚੱਲ ਵੀ ਜਵਾਨਾ ਚਾਂਦਰਾ ਦੀ ਗੱਲ ਹੁਣ ਉਹ ਥੱਲੇ ਜਵਾਨਾ ਉਹ ਮੰਗਲੇ ਦੀ ਸਭ ਸੁਪਰ ਤਾਰਾ ਤੇਰੀਆਂ ਮੇਰਾ ਵੀਰ ਫਿਰ ਸਿੱਧੀ ਸਰਕਾਰ ਮੇਰੇ ਤੇ ਚੱਲਿਆ ਗਰੁੱਪ ਦੇ ਵਿੱਚ ਮੁੰਡਾ ਰੇਡ ਤੇ ਆ ਹੁਣੇ ਪਤਾ ਲੱਗ ਜਾਣਾ ਮੇਰੇ ਵੀਰੋ ਹੱਥ ਕਿਹਦੇ ਨਾਲ ਜੁੜਦਾ ਮੰਗਲ ਸਖਿਆਲੇ ਵਾਲਾ ਮੰਗਲ ਸਖਿਆਲੇ ਦਾ ਰੇਡ ਤੇ ਆ ਚੱਲ ਵੀ ਜਵਾਨਾ ਆਇਆ ਜੱਟੀ ਪੁਆਇੰਟ ਲੈ ਕੇ ਆਪਣੇ ਤਾਲੇ ਚੱਲ ਰਿਹਾ ਪੈਂਦੀਆਂ ਤੇ ਗੱਡੀਆਂ ਨੇ ਚੜ ਚੜ ਕੇ ਉਹ ਵੇਖਦਾ ਜਮਾਨਾ ਅੱਜ ਖੜ ਖੜ ਕੇ ਅੱਜ ਸਾਨਾਂ ਦੇ ਪੁਰਾਣੇ ਵਿੱਚ ਪੇੜ ਹੋਣੇ ਆ ਕਿ ਅੱਜ ਸ਼ੇਰਾਂ ਨੇ ਪਹਾੜਾਂ ਨਾਲ ਚੱਪੇ ਲਾਉਣੇ ਆ ਕਿ ਆ ਗਏ ਦੌੜਿਆ ਪਟਾਵੇ ਵਿੱਚ ਜਾਲ ਮਿੱਤਰੋ ਕਿ ਅੱਜ ਵੇਖਣਾ ਕੌਣ ਜਿੱਤੂਗਾ ਕਵੈਤ ਦਾ ਮੈਦਾਨ ਮਿੱਤਰੋ ਕਿ ਕੌਣ ਜਿੱਤੂਗਾ ਕਵੈਤ ਦਾ ਮੈਦਾਨ ਮਿੱਤਰੋ ਸਾਰਾ ਜ਼ੋਰ ਲੱਗਿਆ ਹੋਇਆ ਪੰਜਾਬੀ ਵੀਰੋ ਦੋਨੋਂ ਕਬੱਡੀਆਂ ਦੀ ਗੱਲ ਹੋ ਗਈ ਹੈ ਮੈਂ ਅੱਜ ਧਾਰਾ ਪੰਜਾਬੀ ਵੀਰੋ ਲੈਟਾਂ ਵੀ ਆਉਣ ਵਾਲੀ ਹੈ ਪੰਜਾਬੀ ਵੀਰੋ ਹੁਣੇ ਪਤਾ ਲੱਗ ਜਾਣਾ ਦੋ ਰੇਟਾਂ ਦਾ ਫਾਸਲਾ ਮੇਰੇ ਵੀਰੋ ਦੋ ਰੇਟਾਂ ਦਾ ਟਾਈਮ ਹੁਣੇ ਪਤਾ ਲੱਗ ਜਾਣਾ ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ ਕਿਹਦੇ ਨਾਲ ਪੱਟਾ ਤੇ ਕਿੰਨਾ ਜ਼ੋਰ ਮਿੱਤਰੋ ਕਿਹੜਾ ਤਕੜਾ ਤੇ ਕਿਹੜਾ ਕਮਜ਼ੋਰ ਮਿੱਤਰੋ ਉਤਰਾ ਮੁੰਡੇ ਨੇ ਕੋਸ਼ਿਸ਼ ਕੀਤੀ ਆ ਲੱਕ ਤੋਂ ਫੜਿਆ ਮੇਰੇ ਵੀਰ ਨੇ ਦੇਖੋ ਕੀ ਕਰਦਾ ਕਰ
ਗੱਲ ਮੇਰੇ ਵੀਰੋ ਇੱਕ ਬੇਨਤੀ ਆ ਕਿ ਮੁੰਡਾ ਹੈਪੀ ਬਾਡੇ ਦਾ ਜਿਹੜਾ ਇੱਥੇ ਆਇਆ ਸੀ ਜਿਹੜਾ ਜਾਣਦੇ ਸੀਗਾ ਉਹ ਆਪਣੇ ਨਾਲ ਲੈ ਲੈ ਨਾਮ ਲੈ ਲਿਆ ਕਿ ਕਮੇਟੀ ਤੋਂ ਲੱਖਾ ਲੱਖਾ ਪੈਨ ਲੈ ਕੇ ਆਪਣੇ ਪਾਲੇ ਕਰ ਰਿਹਾ ਮੇਰੇ ਵੀਰੋ ਲੱਖਾ ਛੋਟਾ ਜਿਹਾ ਕਰਦਾ ਮੁੰਡੇ ਦਾ ਅਸੀਂ ਚਾਰ ਸਾਥੀ ਆ ਦੇਖੋ ਹੱਥ ਕਿਹਦੇ ਨਾਲ ਜੁੜਦਾ ਮੁੰਡਾ ਰਹਿੰਦਾ ਕਿ ਮੁੜਦਾ ਇੱਕਾਂ ਦਾ ਕਰਦਾ ਤੇ ਕਬੱਡੀ ਫਿਰ ਮੇਰਾ ਤਰੀਕ ਆ ਗੱਭਰੂ ਦੀ ਹੁਣੇ ਪਤਾ ਲੱਗ ਜਾਣਾ ਮੇਰੇ ਵੀਰੋ ਜਿਹੜਾ ਮੇਰੇ ਵੀਰ ਦਾ ਜਨਮਦਿਨ ਸੀਗਾ ਉਹ ਇੱਥੇ ਪਹੁੰਚਿਆ ਸੀ ਤੇ ਹੁਣ ਨਾਮ ਲੈ ਕੇ ਮੇਰਾ ਪਾ ਕੇ ਕਮੇਟੀ ਵੱਲੋਂ ਮੇਰਾ ਵੀਰ ਸਨਮਾਨਿਤ ਕੀਤਾ ਜਾਣਾ ਇਹਦਾ ਅੱਜ ਜਨਮਦਿਨ ਸੀ ਤੇ ਪਹਿਲੇ ਨੰਬਰ ਤੇ ਆਪ ਨੇ ਇੱਥੇ ਮਿਲਿਆ ਅੱਜ ਬਹੁਤ ਵਧੀਆ ਪ੍ਰਦਰਸ਼ਨ ਖਾਣ ਵਾਲੀਆਂ ਮੈਂ ਜੀ ਧਰਤੀ ਤੇ ਅਸੀਂ ਧੰਨਵਾਦੀ ਹਾਂ ਜਿਹੜੇ ਮੇਰੇ ਵੀਰਾਂ ਨੇ ਅੱਜ ਦੇ ਫਿਰ ਮੇਲੇ ਨੂੰ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰਕੇ ਸਾਡ ਦੇ ਕੋਨੇ ਕੋਨੇ ਵਿੱਚ ਪਹੁੰਚਾਉਣਾ ਮੇਰੇ ਵੀਰੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਇਹ ਵੀ ਮੈਂ ਫਿਰ ਕਬੱਡੀ ਨਾਲ ਜੁੜੇ ਹੋਏ ਆ ਮੇਰੇ ਵੀਰ ਦਾ ਯੂਟਿਊਬ ਤੇ ਵੀ ਚੈਨਲ ਆ ਤੇ ਫੇਸਬੁੱਕ ਤੇ ਵੀ ਪੇਜ ਬਣਿਆ ਹੋਇਆ ਜਿਹੜੇ ਮੇਰੇ ਵੀਰਾਂ ਨੇ ਅੱਜ ਤੋਂ ਫੋਲੋ ਨਹੀਂ ਕੀਤਾ ਉਹ ਮੇਰੇ ਵੀਰ ਦੇ ਚੈਨਲ ਨੂੰ ਲਾਈਕ ਫੋਲੋ ਕਰੋ ਤੇ ਹਰ ਜਾਣਕਾਰੀ ਮੇਰਾ ਵੀਰ ਸਿੰਘ ਮੀਡੀਆ ਦੇ ਚੈਨਲ ਦਾ ਆਪਣੇ ਪੇਜ ਤੇ ਪਾਉਣਾ ਇਹਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ Thank you.